ਵੇਖਣਾ ਚਾਹੁੰਦੇ ਸੀ ਵੀ ਅਜੇ ਠੰਡੇ ਹੋ ਗਿਆ ਕਿ ਨਹੀਂ। ਅੱਜ ਸਾਡੇ ਜ਼ਖਮਾਂ ਤੇ ਲੂਣ ਛਿੜਕਣਾਇਆ ਵੀ ਸ਼ਵੇਤ ਮਲਿਕ ਜੇ ਤੂੰ ਪੰਜਾਬ ਨੂੰ ਬਚਾਉਣਾ ਚਾਹੁੰਦਾ ਤਾਂ ਮੋਦੀ ਨੂੰ ਜਾ ਕੇ ਦੱਸ ਦੇ ਵੀ ਰੋ ਅਜੇ ਉਸੇ ਤਰ੍ਹਾਂ ਹੀ ਪੰਜ ਜੂਨ ਜਿੰਨਾ ਹੈਗਾ, ਤੂੰ ਇਹਨਾਂ ਨੂੰ ਜ਼ਖਮਾਂ ਨੂੰ ਛੇੜਨਾ, ਤੂੰ ਇਹਨਾਂ ਨੂੰ ਬੰਦੇ ਬਣ ਕੇ ਸਾਨੂੰ ਹਮਦਰਦੀ ਕਰ। ਜਦੋਂ ਹੂਟਣ ਮਰਾ ਕੇ ਸਾਡੇ ਕਿਸਾਨਾਂ ਕੋਲ ਪੋਲ ਨਹੀਂ ਟੱਪਦਾ ਸੀ ਤਾਂ ਉਹਨਾਂ ਨੂੰ ਅੰਖ ਨੂੰ ਵਿਗਾੜਦਾ ਸੀ। ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਦੌਰਾਨ ਬੀਜੇਪੀ ਲੀਡਰਾਂ ਦਾ ਬੁਰਾ ਹਾਲ ਹੈ ਕਿਉਂਕਿ ਬੀਜੇਪੀ ਲੀਡਰ ਇੱਕੋ ਹੀ ਰਟਨ ਉਹਨਾਂ ਨੇ ਲਾਈ ਹੋਈ ਹੈ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਕਿਸਾਨ ਕਹਿ ਰਹੇ ਨੇ ਸਾਡੇ ਵਿਰੋਧ ਦੇ ਵਿੱਚ ਨੇ, ਇਸ ਕਰਕੇ ਕਿਸਾਨ ਇਹਨਾਂ ਬੀਜੇਪੀ ਲੀਡਰਾਂ ਦਾ ਵੱਖ ਵੱਖ ਥਾਵਾਂ 'ਤੇ ਘਿਰਾਓ ਲਗਾਤਾਰ ਕਰ ਰਹੇ ਨੇ। ਅੱਜ ਦੀਆਂ ਦੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ, ਇੱਕ ਬਠਿੰਡਾ ਤੋਂ ਦੂਸਰੀ ਫਾਜ਼ਿਲਕਾ ਤੋਂ। ਬਠਿੰਡਾ ਦੇ ਵਿੱਚ ਬੀਜੇਪੀ ਲੀਡਰ ਮਦਨ ਮੋਹਨ ਮਿੱਤਲ ਦਾ ਕਿਸਾਨਾਂ ਨੇ ਜ਼ਬਰਦਸਤ ਘਿਰਾਓ ਕੀਤਾ। ਜਿਵੇਂ ਹੀ ਪਤਾ ਲੱਗਿਆ ਕਿਸਾਨਾਂ ਨੂੰ ਕਿ ਬਠਿੰਡਾ ਦੇ ਵਿੱਚ ਸਰਕਟ ਹਾਊਸ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਪਹੁੰਚ ਰਹੇ ਨੇ ਤਾਂ ਫੌਰਨ ਕਿਸਾਨ ਜਥੇਬੰਦੀਆਂ ਸਰਕਟ ਹਾਊਸ ਦੇ ਵਿੱਚ ਪਹੁੰਚ ਗਈਆਂ ਅਤੇ ਕਿਸਾਨਾਂ ਨੇ ਸਰਕਟ ਹਾਊਸ ਦੇ ਗੇਟ ਨੂੰ ਬਾਹਰੋਂ ਜਿੰਦਰਾ ਜੜ ਦਿੱਤਾ। ਸਰਕਟ ਹਾਊਸ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਤੈਨਾਤ ਕਰ ਦਿੱਤੀ ਗਈ ਸੀ ਅਤੇ ਇਸ ਦੇ ਨਾਲ ਹੀ ਫਾਜ਼ਿਲਕਾ ਦੇ ਇੱਕ ਹੋਟਲ ਦੇ ਵਿੱਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੂੰ ਵੀ ਕਿਸਾਨਾਂ ਨੇ ਘੇਰਾ ਪਾ ਲਿਆ ਸੀ। ਫਾਜ਼ਿਲਕਾ ਦੀਆਂ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਕਿਸਾਨ ਕਿਸ ਤਰੀਕੇ ਦੇ ਨਾਲ ਨਾਅਰੇਬਾਜ਼ੀ ਕੀਤੀ। 20-25 ਮਿੰਟ ਸਾਰਾ ਜਿਹੜਾ ਘਿਰਾਓ ਚੱਲਿਆ, ਇੱਥੇ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਤੈਨਾਤ ਸੀ, ਪਰ ਕਿਸਾਨ ਜਿਵੇਂ ਇੱਕ ਤਰੀਕੇ ਨਾਲ ਉਹ ਪ੍ਰੋਟੈਸਟ ਕਰਦੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਘਿਰਾਓ ਕਰਦੇ ਨੇ, ਪਰ ਇਹ ਨਹੀਂ ਕਿ ਉਹਦੇ ਵਿੱਚੋਂ ਕੋਈ ਮਾਰਕੁੱਟ ਕਰਦੇ ਨੇ। ਉਹ ਸਿਰਫ ਆਪਣਾ ਸੰਕੇਤਕ ਰੋਸ ਹੈ ਜਿਹੜਾ ਉਹ ਜ਼ਾਹਿਰ ਕਰਦੇ ਨੇ। ਸ਼ਵੇਤ ਮਲਿਕ ਗੋ ਬੈਕ, ਸ਼ਵੇਤ ਮਲਿਕ ਵਾਪਸ ਜਾਓ ਅਤੇ ਇਸ ਤਰ੍ਹਾਂ ਦੇ ਹੋਰ ਜਿਹੜੇ ਨਾਅਰੇ ਨੇ ਉਹ ਕਿਸਾਨਾਂ ਨੇ ਲਾਏ ਅਤੇ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਫਾਜ਼ਿਲਕਾ ਤੋਂ। ਮੋਦੀ ਨੂੰ ਕਹਿੰਦਾ ਵੀ ਹੌਸ ਦੇ ਆਓ, ਜੇ ਪੰਜਾਬ ਦਾ ਕਿਸਾਨ ਬਚੂਗਾ ਤਾਂ ਹਿੰਦੁਸਤਾਨ ਬਚੂਗਾ। ਤੁਹਾਡੀ ਆਵਾਜ਼ ਨਾਲ ਮੀਡੀਆ ਦਾ ਧੰਨਵਾਦ ਕਰਦਾ। ਇੱਥੇ ਸ਼ਵੇਤ ਮਲਿਕ ਨੂੰ 5-3 ਘੰਟੇ ਤੋਂ ਫੰਦੀ ਬਣਾ ਕੇ ਰੱਖਿਆ। ਇਹ ਬੰਦੀ ਜਿਹੜਾ ਬਣਾਇਆ ਤੁਹਾਡੇ ਲਈ ਹਿੰਦੁਸਤਾਨ ਦੀ ਵੰਡ ਚ ਪਹੁੰਚ ਗਈ। ਮੈਂ ਧੰਨਵਾਦ ਦਿਆਂ ਮੀਡੀਆ ਦਾ ਜਿਨ੍ਹਾਂ ਨੇ ਸਰਕਾਰ ਨੂੰ ਕਾਲੀ ਕੀਤੀ ਹੈ। ਹੁਣ ਮੈਂ ਬੇਨਤੀ ਕਰਦਾ ਮੇਰੇ ਕਿਸਾਨੋ ਕਿਸਾਨ ਮੀਰਾਂ ਨੂੰ ਵੀ ਇੱਕ ਸਾਈਡ ਦੇ ਦਿਓ, ਉਹਨੂੰ ਜਾਣ ਦਿਓ। ਆਪਾਂ ਕਹਿੰਦਾ ਸ਼ਵੇਤ ਮਲਿਕ ਗੋ ਬੈਕ ਗੋ ਬੈਕ ਗੋ ਬੈਕ ਪੂਰਾ ਨੋਟ ਹੋ ਗਿਆ ਮਲਿਕ ਮੁਰਦਾਬਾਦ ਮੁਰਦਾਬਾਦ ਸ਼ਵੇਤ ਮਲਿਕ ਮੁਰਦਾਬਾਦ 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 ਸ਼ਵੇਤ ਮਲਿਕ ਗੋ ਬੈਕ ਗੋ ਬੈਕ ਗੋ ਬੈਕ ਸ਼ਵੇਤ ਮਲਿਕ ਗੋ ਬੈਕ ਗੋ ਬੈਕ ਗੋ ਬੈਕ ਕਾਲੇ ਚੋਲੇ ਬਾਹਰ ਕਾਲੇ ਚੋਲੇ ਅੱਗੇ ਹੁਕਮ ਦਿੰਦੇ ਆ ਕਿ ਤੁਸੀਂ ਇੱਥੋਂ ਚਲੇ ਜਾਓ। ਕਿਰਪਾ ਕਰਕੇ ਸਾਡਾ ਕੋਈ ਵੀ ਕਿਸਾਨ ਕੋਈ ਕੁਝ ਹਰਕਤ ਨਹੀਂ ਕਰੇਗਾ, ਸਿਰਫ ਨਾਅਰੇਬਾਜ਼ੀ ਹੋਵੇਗੀ। ਇਸ ਕਰਕੇ ਸ਼ਵੇਤ ਮਲਿਕ ਜੀ ਹੁਕਮ ਹੈ, ਇੱਥੋਂ ਚਲੇ ਜਾਓ, ਚਲੇ ਜਾਓ, ਚਲੇ ਜਾਓ। ਸ਼ਵੇਤ ਮਲਿਕ ਵਾਪਸ ਜਾਓ, ਗੋ ਬੈਕ ਗੋ ਬੈਕ ਸ਼ਵੇਤ ਮਲਿਕ ਗੋ ਬੈਕ ਗੋ ਬੈਕ ਗੋ ਬੈਕ ਮੋਦੀ ਸਰਕਾਰ ਮੁਰਦਾਬਾਦ 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 ਪ੍ਰਿਕਸ ਸਰਕਾਰ ਮੁਰਦਾਬਾਦ 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 Go back! Go back! Shawet Malik, go back! Go back!
जिंदाबाद जिंदाबाद। पांच-पांच सरकार होश में आओ, होश में आओ, होश में आओ। एक किसान किन्ने के जर लेंगे कि ऐसी वाकवा ही जाके जिम्मे ना दे सेंटर दे वैसे दिल्ली जाके मीट की थी है नड्डा नाल उन्हें ना वो देश जितना से भी जाके देखो हरकत करो ये पंजाब का किसान किन्ने करोड़ दे बेच जाता है जी। बीजेपी का अश्विनी शर्मा जो तो हुटन बना के साडे किसानों को पोलदी टपदा सी तो उन्होंने अंख नु बगाड़दा सी। एक महीना हो गया, एक महीने तो लगातार पंजाब का किसान लिंगा ते बैठा है। ये जड़ा धरना साडा, ये जड़ा प्रोटेस्ट आ बिना राजनीतिक तो बिना धार्मिक तो ये बेच इस धरने के इस मंजारे प्रोटेस्ट पंजाब का कोने कोने तो हरेक वर्ग भावें कोई किसान है भावें कोई मुलाजम है भावें कोई मजदूर है उस समुचा पंजाब ये पंजाब की किसानी के नाल है पंजाब के आड़तियों के नाल है। तो इन्हों वेखना चाहते थे कि अजय ठंडे हो गया कि नहीं, अब ये सारे जख्मों से लून छटकनाया जद ही सानू पता लग्या असी मंडी के तत् पर 12 बजे उदों ही असी जिन्हें किसानों के नाल एक दूजे को वेख के किसी को सुनेहा नहीं दिता जो एक दूजे को वेखो वेख भी जो असं भजे होंगे साढ़े मगर लग गए अपने आप किसान आ गया। इसका शवेत मलिक का विरोध करने वास्ते भी शवेत मलिक जे तू पंजाब को बचाना चाहना तो मोदी को जाके दस दे भी रो अजे उस तरह ही 5 जून जिन्ना है तू इन्हों जख्मा छेड़ना तू इन्हों बंदे बन के सू हमदर्दी कर। DAP बंद पई है, कणक बीजना नहीं पई है, नहीं तो मैं अगे क्या सी असी ढिड भर लाँगे तुसी ठूठे फड़ के विदेशों तो लै लिया जो जब सानू दस दौ भी असी पाकिस्तान दे आने उतों लै आवेंगे साडा बार्डर खोल दो सानू हरास ना करो। पंजाब भारत का एक हिस्सा है इनू विदेशी ना समझो। की तुहाडा की रोस है वो जख्मां ते लून छड़कण आया जे इत्थे आउंदा दस के आउंदा असी हुण वी कहने आ भी शवेत मलिक किसानों का वण पंजाब का अन्न पानी खड़ा तू पंजाब के वातावरण के बच्चे रहना तू ये छड BJP जे छड़िया है त्रिलोचन सिंह ने छड़िया युवा BJP के प्रधान ने छड़ता पंजाब के किसानों अगे ला के भी मैनू पंजाब की किसानी पंजाबीयत चाहिए है तो शवेत मलिक पंजाब का खाता पीता पंजाब इनू लत मार देनी चाहिए है। सने शरीर कुमार जनी साडे विच अग बैठे जो सानू पता लगे असि तत् पर ही आ गए हैं इन कहने भी तू जाता रहा हूं तू होर अंदर बैठा मूती ना जा। श्वेत मलिक वापस जाओ, श्वेत मलिक वापस जाओ, श्वेत मलिक हाय हाय पुच्चड़ सरकार हाय हाय किसान सड़क के नहीं है विचोलिए सड़क के कद बिहार जाके मोदी बोलता इस गल सारे लोग बड़े संतुष्ट है सारे जेडे वे मीडिए चंगी तरह शक्ल देख ला इस करके शवेत मलिक इस गल की चेतावनी दिने की भुल जाओ इस गल की जिन्होंने इन्होंने पंजाब का पानी पीता है ये लोग बस चलने वाले नहीं है। अब तुम लगन लग जा कि जो किसान है करो तुम्हें ट्रेना बंद कर सरकार मुर्दाबाद 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 सरकार चाहती की जय देवी जय देवी।